ਨਮਸਕਾਰ ਦੋਸਤੋ ਮੈਂ ਤੁਹਾਡਾ ਦੋਸਤ ਮੰਨੂ ਮੋੜ ਜਿਵੇਂ ਕਿ ਤੁਹਾਨੂੰ ਪਤਾ ਹੈ ਪੰਜਾਬ ਪੁਲਿਸ ਵਿੱਚ ਸਬ ਇੰਸਪੈਕਟਰ ਦੀ ਜਿਹੜੀ ਰਿਕਰੂਟਮੈਂਟ ਦੇ ਉਹ ਅਨਾਉਂਸਮੈਂਟ ਹੋ ਚੁੱਕੀ ਆ ਤੇ ਇਸ ਵੀਡੀਓ ਵਿੱਚ ਮੈਂ ਤੁਹਾਨੂੰ ਸਿਖਾਵਾਂਗਾ ਕਿ ਤੁਸੀਂ ਘਰੇ ਬੈਠੇ ਔਨਲਾਈਨ ਆਪਣੇ ਮੋਬਾਈਲ ਤੇ ਇਹ ਪੋਸਟ ਫਰੀ ਵਿੱਚ ਕਿਵੇਂ ਫਿਲ ਕਰ ਸਕਦੇ ਹੋ ਤਾਂ ਸਭ ਤੋਂ ਪਹਿਲਾਂ ਤੁਸੀਂ ਇਹਨਾਂ ਦੀ ਆਫੀਸ਼ਲ ਵੈਬਸਾਈਟ www.punjabpolice.gov.in ਤੇ ਜਾਓਗੇ ਜਿਸ ਦਾ ਲਿੰਕ ਤੁਹਾਨੂੰ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਮਿਲ ਜਾਵੇਗਾ ਇਸ ਤੋਂ ਬਾਅਦ ਤੁਹਾਨੂੰ ਇੱਥੇ ਰਿਕਰੂਟਮੈਂਟ ਦਾ ਸੈਕਸ਼ਨ ਇੱਥੇ ਦੇਖਣ ਨੂੰ ਮਿਲ ਜਾਂਦਾ ਹੈ ਇਸ ਤੇ ਆਪਾਂ ਕਲਿੱਕ ਕਰ ਲਾਂਗੇ ਇਸ ਤੋਂ ਬਾਅਦ ਆਪਾਂ ਨੂੰ ਉੱਪਰ ਲਿੰਕ ਫੋਰ ਆਨਲਾਈਨ ਐਪਲੀਕੇਸ਼ਨ ਐਂਡ ਰਿਲੇਟਿਡ ਇਨਫੋਰਮੇਸ਼ਨ ਦਾ ਇੱਕ ਲਿੰਕ ਮਿਲ ਜਾਂਦਾ ਇਸ ਤੇ ਆਪਾਂ ਕਲਿੱਕ ਕਰਨ ਤੋਂ ਪਹਿਲਾਂ ਆਪਾਂ ਕਰਨਾ ਕੀ ਹੈ ਉੱਪਰ ਦੇ 3 ਡਾਟ ਤੇ ਆਪਾਂ ਕਲਿੱਕ ਕਰਨਾ ਹੈ ਇੱਥੇ ਤੁਸੀਂ ਦੇਖ ਸਕਦੇ ਹੋ ਉੱਪਰ 3 ਡਾਟ ਨੇ ਇਹ ਇਸ ਤੇ ਆਪਾਂ ਕਲਿੱਕ ਕਰਨਾ ਇਸ ਤੋਂ ਬਾਅਦ ਆਪਾਂ ਡੈਸਕਟਾਪ ਸਾਈਟ ਔਨ ਕਰ ਲਾਂਗੇ ਜਿਵੇਂ ਇੱਥੇ ਤੁਸੀਂ ਦੇਖ ਸਕਦੇ ਹੋ ਬਲੂ ਟਿਕ ਲੱਗੀ ਹੋਈ ਆ ਆਪਾਂ ਇਸ ਨੂੰ ਔਨ ਕਰ ਲਾਂਗੇ ਡੈਸਕਟਾਪ ਸਾਈਟ ਔਨ ਕਰਨ ਤੋਂ ਬਾਅਦ ਆਪਾਂ ਲਿੰਕ ਫੋਰ ਆਨਲਾਈਨ ਅਪਲਾਈ ਐਪਲੀਕੇਸ਼ਨ ਐਂਡ ਰਿਲੇਟਿਡ ਇਨਫੋਰਮ ਐਂਡ ਡੈਸਕਟਾਪ ਵਰਜ਼ਨ ਓਨ ਕਰਨ ਤੋਂ ਬਾਅਦ ਇਸ ਤਰ੍ਹਾਂ ਦਾ ਜਿਹੜਾ ਪੇਜ ਆਪਣੇ ਸਾਹਮਣੇ ਓਪਨ ਹੋ ਜਾਂਦਾ ਆਪਾਂ ਇੱਥੇ ਕਰਨਾ ਕੀ ਹੈ ਸਭ ਤੋਂ ਪਹਿਲਾਂ ਆਪਾਂ ਰਜਿਸਟਰ ਦਾ অপਸ਼ਨ ਤੇ ਆਪਾਂ ਕਲਿੱਕ ਏਅਰ ਤੇ ਇੱਥੇ ਆਪਾਂ ਕਲਿੱਕ ਕਰ ਲਾਂਗੇ ਤਾਂ ਇਸ ਤਰ੍ਹਾਂ ਦਾ ਫਾਰਮ ਆਪਣੇ ਸਾਹਮਣੇ ਓਪਨ ਹੋ ਜਾਂਦਾ ਆਪਾਂ ਇੱਥੇ ਫਿਲ ਕੀ ਕਰਨਾ ਨਾਰਮਲੀ ਡਿਟੇਲ ਇੱਥੇ ਇਹਨਾਂ ਨੇ ਦੱਸੋਈਆ ਕੈਂਡੀਡੇਟ ਦਾ ਨੇਮ ਫਿਲ ਕਰਨਾ ਹੈ ਮਿਡਲ ਨੇਮ ਕਹਿੰਨ ਦਾ ਭਾਬ ਜਿੱਥੇ ਆਪਾਂ ਇਹ ਰੈੱਡ ਸਟਾਰ ਦੇਖ ਸਕਦੇ ਆਂ ਸਿਰਫ ਉਹ ਉਹ ਕੋਲਮ ਆਪਾਂ ਫਿਲ ਕਰਨੇ ਨੇ ਜਿੰਨਾ ਤੇ ਰੈੱਡ ਸਟਾਰ ਲੱਗਿਆ ਹੋਇਆ ਜਿਵੇਂ ਕੈਂਡੀਡੇਟ ਦੇ ਨਾਮ ਉਮੀਦਵਾਰ ਦਾ ਪਹਿਲਾ ਨਾਮ ਉਸ ਤੇ ਰੈੱਡ ਸਟਾਰ ਤੁਸੀਂ ਦੇਖ ਸਕਦੇ ਹੋ ਉਹ ਆਪਾਂ ਫਿਲ ਕਰਨਾ ਹੈ ਉਸ ਤੋਂ ਬਾਅਦ ਉਮੀਦਵਾਰ ਦਾ ਵਿਚਕਾਰਲਾ ਨਾਮ ਉਸ ਦਾ ਇਹ ਰੈੱਡ ਸਟਾਰ ਨਹੀਂ ਲੱਗਿਆ ਤਾਂ ਉਹ ਹੀ ਫਿਲ ਨਾਮ ਵੀ ਕਰੂਗੇ ਤਾਂ ਵੀ ਚੱਲ ਜਾਵੇਗਾ ਇਸ ਤੋਂ ਬਾਅਦ ਆਪਾਂ ਕੀ ਕਰਨਾ ਕੈਂਡੀਡੇਟ ਦਾ ਲਾਸਟ ਨਾਮ ਭਰਨਾ ਤੇ ਇਸ ਤੋਂ ਬਾਅਦ ਤੁਸੀਂ ਕਦੇ ਨਾਮ ਚੇਂਜ ਕੀਤਾ ਹੈ ਤਾਂ ਯੈਸ ਜਾਂ ਨੋ ਤੇ ਆਪਾਂ ਕਲਿੱਕ ਕਰ ਲਾਂਗੇ ਐਂਡ ਡੇਟ ਆਫ ਬਰਥ ਆਪਣੀ ਸਿਲੈਕਟ ਕਰ ਲਾਂਗੇ ਅਣ નીચે ਆਪ ਆਪਣਾ ਜੈਂਡਰ ਸਿਲੈਕਟ ਕਰ ਲਾਂਗੇ ਮੇਲ ਜਾਂ ਫੀਮੇਲ ਜੋ ਵੀ ਹੋ ਤੁਸੀਂ ਇੱਥੇ ਆਪਾਂ ਕਲਿੱਕ ਕਰ ਲਾਂਗੇ ਉਸ ਤੋਂ ਬਾਅਦ ਆਪਾਂ ਆਪਣਾ ਮੋਬਾਈਲ ਨੰਬਰ ਫਿਲ ਕਰਨਾ ਤੇ ਕਨਫਰਮ ਕਰਨਾ ਇਹੀ ਮੋਬਾਈਲ ਨੰਬਰ ਦੁਆਰੇ ਫਿਲ ਕਰਨਾ ਤੇ ਈਮੇਲ ਐਡਰੈਸ ਫਿਲ ਕਰਨਾ ਅਤੇ ਇਹ ਕਨਫਰਮ ਈਮੇਲ ਐਡਰੈਸ ਆਪਾਂ ਫਿਲ ਕਰਨਾ ਹੋਵੇਗਾ ਇਸ ਤੋਂ ਬਾਅਦ ਆਪਾਂ ਜਨਰੇਟ ਓਟੀਪੀ ਤੇ ਆਪਾਂ ਕਲਿੱਕ ਕਰ ਦਾਂਗੇ ਤਾਂ ਇੱਕ ਆਪਣੇ ਮੋਬਾਈਲ ਤੇ ਤੇ ਆਪਣੀ ਈਮੇਲ ਤੇ ਇੱਕ ਚਾਰ ਜਾਂ ਪੰਜ ਅੱਖਰਾਂ ਦਾ ਓਟੀਪੀ ਆਵੇਗਾ ਜਿਵੇਂ ਅਸੀਂ ਤੁਹਾਡੇ ਕੋਲ OTP ਆ ਜਾਵੇਗਾ ਤਾਂ ਇਸ ਤਰ੍ਹਾਂ ਦਾ ਬਾਕਸ ਤੁਹਾਡੇ ਸਾਹਮਣੇ ਓਪਨ ਹੋ ਜਾਵੇਗਾ ਇੱਥੇ ਆਪਾਂ ਜਿਹੜਾ ਪੰਜ ਅੱਖਰਾਂ ਦਾ OTP ਨੰਬਰ ਆਇਆ ਹੁੰਦਾ ਉਹ ਫਿਲ ਕਰਕੇ ਵੈਲੀਡੇਟ OTP ਤੇ ਆਪਾਂ ਕਲਿੱਕ ਕਰ ਦਾਂਗੇ ਐਂਡ ਇਸ ਤੋਂ ਬਾਅਦ ਆਈ ਐਗਰੀ ਤੇ ਕਲਿੱਕ ਕਰਕੇ ਜੋ ਵੀ ਕੈਪਚਾ ਵਿੱਚ ਇਹ ਭਰਿਆ ਹੋਇਆ ਇੱਥੇ ਆਪਾਂ ਸਬਮਿਟ ਬਟਨ ਤੇ ਕਲਿੱਕ ਕਰ ਦਾਂਗੇ 19 ਤੋਂ ਬਾਅਦ ਇਸ ਤਰ੍ਹਾਂ ਦਾ ਮੈਸੇਜ ਆਪਣੇ ਸਾਹਮਣੇ ਆ ਜਾਂਦਾ ਜਿਸ ਵਿੱਚ ਇਹਨਾਂ ਨੇ ਲਿਖਿਆ ਹੋਇਆ ਹੈ ਕਿ ਜੋ ਵੀ ਤੁਸੀਂ ਡਿਟੇਲ ਭਰੀ ਹੈ ਜੋ ਓਕੇ ਕਰ ਦੋਗੇ ਤਾਂ ਹ ਪਰਮਾਨੈਂਟਲੀ ਸਬਮਿਟ ਹੋ ਜਾਵੇਗੀ ਜਿਸ ਤੋਂ ਬਾਅਦ ਤੁਸੀਂ ਐਡਿਟ ਨਹੀਂ ਕਰ ਪਾਉਂਗੇ ਜੇ ਕੋਈ ਐਡਿਟ ਕਰਨਾ ਹੈ ਤਾਂ ਤੁਸੀਂ ਕਲੋਜ਼ ਕਰਕੇ ਦੁਬਾਰੇ ਇਸ ਨੂੰ ਐਡਿਟ ਕਰ ਸਕਦੇ ਹੋ ਤੇ ਫਿਰ ਸਬਮਿਟ ਕਰ ਸਕਦੇ ਹੋ ਆਪਣੇ ਫਾਰਮ ਦੀ ਡਿਟੇਲ ਨੂੰ ਚੈੱਕ ਕਰਨ ਤੋਂ ਬਾਅਦ ਆਪਾਂ ਓਕੇ ਤੇ ਕਲਿੱਕ ਕਰ ਦਾਂਗੇ ਇਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਦਾ ਥੋੜਾ ਰਜਿਸਟ੍ਰੇਸ਼ਨ ਨੰਬਰ ਕ੍ਰੀਏਟ ਹੋ ਜਾਵੇਗਾ ਤੇ ਪਾਸਵਰਡ ਕ੍ਰੀਏਟ ਹੋ ਜਾਵੇਗਾ ਜੋ ਤੁਹਾਨੂੰ ਮੋਬਾਈਲ ਨੰਬਰ ਉੱਪਰ ਵੀ ਭੇਜ ਦਿੱਤਾ ਜਾਵੇਗਾ ਮੈਸੇਜ ਦੇ ਰੂਪ ਵਿੱਚ ਤੇ ਈਮੇਲ ਐਡਰੈਸ ਉੱਤੇ ਵੀ ਭੇਜ ਦਿੱਤਾ ਜਾਵੇਗਾ ਪਰ ਤੁਸੀਂ ਇਸ ਦਾ ਸਕਰੀਨਸ਼ਾਟ ਲੈ ਲਓ ਕਿਉਂਕਿ ਫਿਊਚਰ ਵਿੱਚ ਇਸ ਦੀ ਕਾਫੀ ਜ਼ਰੂਰਤ ਪੈਣ ਵਾਲੀ ਹੈ ਅਣ ਦੋਸਤੋ ਅੱਗੇ ਚੱਲਣ ਤੋਂ ਪਹਿਲਾਂ ਕਾਫੀ ਕੈਂਡੀਡੇਟ ਮੇਰੇ ਤੋਂ ਪੁੱਛ ਰਹੇ ਸੀ ਕਿ ਸਰ ਐਸਆਈ ਦੇ ਇਗਜ਼ਾਮ ਵਾਸਤੇ ਕਿਹੜੀ ਬੈਸਟ ਬੁੱਕ ਨੇ ਤਾਂ ਜਿਹੜੀ ਬੈਸਟ ਬੁੱਕਸ ਨੇ ਉਹਨਾਂ ਦੇ ਲਿੰਕ ਮੈਂ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਦੇ ਦਿੱਤੇ ਆ ਉੱਥੇ ਤੁਹਾਨੂੰ ਹਿੰਦੀ ਲੈਂਗੁਏਜ ਵਿੱਚ ਇੰਗਲਿਸ਼ ਲੈਂਗੁਏਜ ਵਿੱਚ ਐਂਡ ਪੰਜਾਬੀ ਲੈਂਗੁਏਜ ਵਿੱਚ ਵੀ ਸਾਰੀ ਬੁੱਕਸ ਮਿਲ ਜਾਣ ਡਿਸਕ੍ਰਿਪਸ਼ਨ ਬਾਕਸ ਵਿੱਚ ਜਿਹੜੇ ਵੀ ਲਿੰਕਸ ਮੈਂ ਬੁੱਕਸ ਦੇ ਦਿੱਤੇ ਨੇ ਇਹ ਸਾਰੇ ਲੇਟੈਸਟ ਐਡੀਸ਼ਨ ਬੁੱਕ ਨੇ ਤੁਸੀਂ ਇਸ ਨੂੰ ਆਨਲਾਈਨ Amazon ਤੋਂ ਕੈਸ਼ ਔਨ ਡਿਲੀਵਰੀ ਤੇ ਵੀ ਆਰਡਰ ਕਰਕੇ ਆਪਣੀ ਇਗਜ਼ਾਮ ਦੀ ਸਟੱਡੀ ਨੂੰ ਸਟਾਰਟ ਕਰ ਸਕਦੇ ਹੋ ਕਰਨਾ ਕਿ ਜੇ ਰਜਿਸਟ੍ਰੇਸ਼ਨ ਕੰਪਲੀਟ ਕਰਨ ਤੋਂ ਬਾਅਦ ਆਪਾਂ ਨੂੰ ਇੱਥੇ ਸਬ ਇੰਸਪੈਕਟਰ ਦਾ ਆਪਸ਼ਨ ਇੱਥੇ ਮਿਲ ਜਾਂਦਾ ਇਸ ਤੇ ਆਪਾਂ ਕਲਿੱਕ ਕਰ ਲਾਂਗੇ ਤੋਂ ਬਾਅਦ ਆਪਾਂ ਕਲਿੱਕ ਫੋਰ ਨਿਊ ਅਪਲੀਕੇਸ਼ਨ ਦਾ ਆਪਸ਼ਨ ਆਪਾਂ ਨੂੰ ਦੇਖਣ ਨੂੰ ਮਿਲ ਜਾਂਦਾ ਇਸ ਤੇ ਕਲਿੱਕ ਕਰਾਂਗੇ ਇਸ ਤੋਂ ਬਾਅਦ ਇਸ ਤਰ੍ਹਾਂ ਦਾ ਫਾਰਮ ਆਪਣੇ ਸਾਹਮਣੇ ਓਪਨ ਹੋ ਜਾਂਦਾ ਸਭ ਤੋਂ ਪਹਿਲਾਂ ਆਪਾਂ ਪਹਿਲੇ ਪਰਸਨਲ ਡਿਟੇਲ ਫਿਲ ਕਰਨੀ ਹੈ ਇਸ ਤੋਂ ਬਾਅਦ ਕੁਆਲੀਫਿਕੇਸ਼ਨ ਡਿਟੇਲ ਫਿਲ ਕਰਨੀ ਹੈ ਐਂਡ ਡਾਕੂਮੈਂਟ ਜਿਹੜੀ ਵੈਰੀਫਿਕੇਸ਼ਨ ਹੁੰਦੀ ਹੈ ਮਤਲਬ ਡਾਕੂਮੈਂਟ ਅਪਲੋਡ ਕਰਨੇ ਨੇ ਤੋ ਇਸ ਫਾਰਮ ਵਿੱਚ ਨੋਰਮਲ ਜੀ ਡਿਟੇਲ ਆ ਬਾਕੀ ਪੰਜਾਬੀ ਇੰਗਲਿਸ਼ ਦੋਨੇ ਲੈਂਗੁਏਜ ਵਿੱਚ ਇੱਥੇ ਦੱਸਿਆ ਹੋਇਆ ਤੁਸੀਂ ਇਜ਼ੀਲੀ ਇਸ ਫਾਰਮ ਨੂੰ ਫਿਲ ਕਰ ਲੋਗੇ ਬਟ ਜੇ ਫਿਰ ਵੀ ਕੋਈ ਦਿੱਕਤ ਆਉਂਦੀ ਹੈ ਤਾਂ ਇਹ ਮੇਰਾ ਇੰਸਟਾਗ੍ਰam ਆਈਡੀ ਨੰਬਰ ਹੈ ਇਸ ਤੇ ਮੈਨੂੰ ਫੋਲੋ ਕਰਕੇ ਮੇ ਨਾਲ ਗੱਲ ਕਰਕੇ ਇਸ ਫਾਰਮ ਬਾਰੇ ਪੂਰੀ ਜਾਣਕਾਰੀ ਤੁਸੀਂ ਲੈ ਸਕਦੇ ਹੋ ਪਰਸਨਲ ਡਿਟੇਲ ਫਿਲ ਕਰਨ ਤੋਂ ਬਾਅਦ ਹੁਣ ਤੁਸੀਂ ਦੇਖ ਸਕਦੇ ਹੋ ਇੱਥੇ ਕਿ ਕੁਆਲੀਫਿਕੇਸ਼ਨ ਡਿਟੇਲਸ ਤੇ ਰੈੱਡ ਜਿਹੜਾ ਇਹ ਕਵਰ ਹੋ ਚੁੱਕਿਆ ਹੈ ਤੇ ਹੁਣ ਆਪਾਂ ਜਿਹੜੀ ਕੁਆਲੀਫਿਕੇਸ਼ਨ ਦੀ ਡਿਟੇਲ ਭਰਨੀ ਹੈ ਆਪਣੀ ਜੋ ਵੀ ਆਪਾਂ 10ਵੀਂ 12ਵੀਂ ਅਤੇ ਗ੍ਰੈਜੂਏਸ਼ਨ ਜਿਸ ਵੀ ਕਾਲਜ ਤੋਂ ਜਾਂ ਜਿਸ ਵੀ ਇੰਸਟੀਚਿਊਟ ਤੋਂ ਆਪਣੀ ਕੁਆਲੀਫਿਕੇਸ਼ਨ ਪਾਸ ਕੀਤੀ ਹੈ ਉਸ ਦੀ ਡਿਟੇਲ ਆਪਾਂ ਇੱਥੇ ਫਿਲ ਕਰਨੀ ਹੈ ਤੇ ਇਹ ਡਿਟੇਲ ਫਿਲ ਕਰਨ ਤੋਂ ਬਾਅਦ ਇੱਥੇ ਆਪਾਂ ਚੈੱਕ ਕਰ ਸਕਦੇ ਹਾਂ ਡਾਕੂਮੈਂਟ ਟੂ ਬੀ ਅਪਲੋਡ ਜਿਹੜੀ ਵੀ ਡਾਕੂਮੈਂਟ ਆਪਾਂ ਅਪਲੋਡ ਕਰਨੀ ਹੈ ਇੱਥੇ ਇਹਨਾਂ ਨੇ ਮੈਂਸ਼ਨ ਕੀਤਾ ਹੋਇਆ ਹੈ ਤਾਂ ਸਭ ਤੋਂ ਪਹਿਲਾਂ ਆਪਾਂ ਨੂੰ ਇੱਕ ਆਪਣੀ ਪਾਸਪੋਰਟ ਸਾਈਜ਼ ਫੋਟੋ ਅਪਲੋਡ ਕਰਨੀ ਹੋਵੇਗੀ ਉਸ ਤੋਂ ਬਾਅਦ ਆਪਣੇ ਸਿਗਨੇਚਰ ਵਾਈਟ ਸ਼ੀਟ ਤੇ ਯਾਨੀ ਵਾਈਟ ਪੇਜ ਤੇ ਆਪਣੇ ਸਿਗਨੇਚਰ ਕੀਤੇ ਹੋਣ ਤੇ ਉਸ ਦੀ ਫੋਟੋ ਖਿੱਚ ਕੇ ਆਪਾਂ ਇਸ ਤੇ ਅਪਲੋਡ ਕਰ ਦਾਂਗੇ ਇਸ ਤੋਂ ਬਾਅਦ ਆਪਣੀ 10th ਕਲਾਸ ਦਾ ਸਰਟੀਫਿਕੇਟ ਦੀ ਜਿਹੜੀ ਫੋਟੋਕਾਪੀ ਆਪਾਂ ਅਪਲੋਡ ਕਰਨੀ ਆ ਉਸ ਤੋਂ ਬਾਅਦ 12ਵੀਂ ਕਲਾਸ ਦੇ ਸਰਟੀਫਿਕੇਟ ਦੀ ਫੋਟੋਕਾਪੀ ਆਪਾਂ ਅਪਲੋਡ ਕਰਨੀ ਆ ਇਸ ਤੋਂ ਬਾਅਦ ਆਪਣਾ ਆਈਡੀ ਪ੍ਰੂਫ ਇਸ ਵਿੱਚ ਤੁਸੀਂ ਵੋਟਰ ਕਾਰਡ ਆਧਾਰ ਕਾਰਡ ਜਾਂ ਪੈਨ ਕਾਰਡ ਵੀ ਯੂਜ਼ ਕਰ ਸਕਦੇ ਹੋ ਤੇ ਇਸ ਤੋਂ ਇਲਾਵਾ ਆਪਣੀ ਗ੍ਰੈਜੂਏਸ਼ਨ ਡਿਗਰੀ ਦਾ ਸਰਟੀਫਿਕੇਟ ਐਂਡ ਆਪਣੀ ਕਾਸਟ ਦਾ ਸਰਟੀਫਿਕੇਟ ਇੱਥੇ ਅਪਲੋਡ ਕਰਨਾ ਹੈ ਤੇ ਇਸ ਤੋਂ ਇਲਾਵਾ ਆਪਣੀ ਜਿਹੜਾ ਪੰਜਾਬੀ ਪਾਠਸ਼ਾਲਾ ਦਾ ਪ੍ਰਮਾਣ ਪੱਤਰ ਹੈ ਮਤਲਬ 10ਵੀਂ ਕਲਾਸ ਦਾ ਉਸ ਦੀ ਫੋਟੋ ਖਿੱਚ ਕੇ ਆਪਾਂ ਅਪਲੋਡ ਕਰ ਦੇਣੀ ਹੈ ਅਪਲੋਡ ਕਿਵੇਂ ਕਰਨੀ ਹੈ ਜਿਵੇਂ ਇਹ ਆਪਾਂ ਕਲਿੱਕ ਹੇਅਰ ਟੂ ਅਪਲੋਡ ਤੇ ਕਲਿੱਕ ਕਰਾਂਗੇ ਤਾਂ ਇਸ ਤਰ੍ਹਾਂ ਦਾ ਜਿਹੜਾ ਆਪਣੇ ਕੋਲ ਪੌਪ-ਅਪ ਖੁੱਲ ਕੇ ਆ ਜਾਵੇਗਾ ਇਸ ਤੋਂ ਬਾਅਦ ਆਪਾਂ ਬ੍ਰਾਊਜ਼ ਤੇ ਕਲਿੱਕ ਕਰਾਂਗੇ ਤਾਂ ਆਪਣੇ ਫੋਨ ਦੀ ਗੈਲਰੀ ਵਿੱਚ ਇਹ ਲੈ ਕੇ ਚਲਾ ਜਾਵੇਗਾ ਉੱਥੋਂ ਆਪਾਂ ਫੋਟੋ ਚੂਜ਼ ਕਰਨੀ ਹੈ ਤੇ ਸਿਲੈਕਟ ਕਰ ਲੈਣੀ ਹੈ ਤੇ ਇੱਥੇ ਆਪਾਂ ਅਪਲੋਡ ਕਰ ਦੇਣੀ ਹੈ ਤਾਂ ਦੋਸਤੋ ਅੱਗੇ ਦਾ ਪ੍ਰੋਸੈਸ ਤੁਹਾਨੂੰ ਮੈਂ ਨੈਕਸਟ ਵੀਡੀਓ ਵਿੱਚ ਸਮਝਾ ਦੇਗਾ ਕਿਉਂਕਿ ਮੇਰੇ ਕੋਲ ਜਿਹੜੀ ਵੀ ਇਹ ਫੋਟੋਜ਼ ਆਪਾਂ ਅਪਲੋਡ ਕਰਨੀਆਂ ਉਹ ਰੈਡੀ ਨਹੀਂ ਆ ਮੈਂ ਥੋੜੀ ਜਿਹੀ ਦੇਰ ਵਿੱਚ ਇਹ ਰੈਡੀ ਕਰ ਲਵਾਂ ਤਾਂ ਮੈਂ ਨੈਕਸਟ ਪਾਰਟ ਇਸ ਵੀਡੀਓ ਦਾ ਤੁਹਾਨੂੰ ਪ੍ਰੋਵਾਈਡ ਕਰਵਾ ਦੇਵਾਂਗਾ ਐਂ ਦੋਸਤੋ ਇਸ ਰਿਗਾਰਡਿੰਗ ਕੋਈ ਵੀ ਸਵਾਲ ਤੁਹਾਡੇ ਮਨ ਵਿੱਚ ਤਾਂ ਇਹ ਮੇਰਾ ਇੰਸਟਾਗ੍ਰam ਆਈਡੀ ਨੰਬਰ ਹੈ ਇਸੇ ਮੈਨੂੰ ਫੋਲੋ ਕਰਕੇ ਮੇਰੇ ਨਾਲ ਗੱਲ ਕਰਕੇ ਪੂਰੀ ਜਾਣਕਾਰੀ ਲੈ ਸਕਦੇ ਹੋ ਜੇ ਇਹ ਵੀਡੀਓ ਬੈਨੀਫੀਸ਼ੀਅਲ ਲੱਗੀ ਹੈ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰ ਲਓ ਤੇ ਇੱਕ ਪਿਆਰਾ ਜਿਹਾ ਕਮ